ਇੰਸਪੈਕਟਰ ਸੁਖਜੀਤ ਸਿੰਘ SHO ਡਿਵੀਜ਼ਨ ਨੰਬਰ 8 ਜਲੰਧਰ। ਜਲੰਧਰ ਵਾਸੀਆਂ ਨੂੰ ਨਵੇਂ ਸਾਲ ਅਤੇ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਆਓ ਅਸੀਂ ਇੱਕ ਨਵੇਂ ਸਾਲ ਤੋਂ ਇੱਕ ਪ੍ਰਣ ਕਰੀਏ ਕਿ ਜਿਹੜਾ ਟ੍ਰੈਫਿਕ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਕਿਉਂਕਿ ਟ੍ਰੈਫਿਕ ਦੇ ਵਿੱਚ ਜਾਗਰੂਕਤਾ ਨਾ ਹੋਣ ਕਰਕੇ ਲੋਕਾਂ ਦੇ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੁੰਦੇ ਹਨ। ਉਸ ਦਾ ਕਾਰਨ ਸਿਰਫ ਇਹੀ ਹੈ ਕਿ ਟ੍ਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕਤਾ ਨਾ ਹੋਣ ਬਾਰੇ। ਉਹ ਨਵੇਂ ਸਾਲ ਤੋਂ ਮੇਰੇ ਵੱਲੋਂ ਅਤੇ ਮੈਂ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਸਕੂਲ ਪੱਧਰ 'ਤੇ ਕਾਲਜ ਪੱਧਰ 'ਤੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਇਸ ਬਾਰੇ ਜਿਹੜਾ ਜਾਗਰੂਕ ਕੀਤਾ ਜਾਣਾ ਚਾਹੀਦਾ ਤਾਂ ਜੋ ਟ੍ਰੈਫਿਕ ਬਾਰੇ ਪਤਾ ਹੋਵੇ ਅਤੇ ਅਸੀਂ ਲੋਕਾਂ ਦੀਆਂ ਜਿਹੜੀਆਂ ਬਿਨਾਂ ਮਤਲਬ ਤੋਂ ਜਾਨਾਂ ਜਾ ਰਹੀਆਂ ਹਨ ਉਸਨੂੰ ਬਚਾ ਸਕੀਏ।